ਤੁਹਾਡਾ ਆਪਣਾ ਚੈਨਲ ਲਾਈਫ ਰੰਗ ਮੀਡੀਆ। ਕਰੋ ਸਬਸਕ੍ਰਾਈਬ ਐਂਡ ਦਬਾਓ ਬਿਲ ਆਈਕਨ ਤਾਂ ਕਿ ਸਾਡੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੁਹਾਨੂੰ ਸਭ ਤੋਂ ਪਹਿਲਾਂ। ਹਾਂ ਜੀ, ਤੁਹਾਡਾ ਨਾਂ ਕੀ ਹੈ ਜੀ? ਭੋਲਾ ਸਿੰਘ ਸੰਗਰਾਮੀਆ ਜੀ। ਅੱਛਾ, ਆਪਾਂ ਪੇਸ਼ੇ ਵਜੋਂ ਕੀ ਕਰ ਰਹੇ ਹੋ ਜੀ? ਪੇਸ਼ੇ ਬਾਅਦ ਹੁਣ ਤਾਂ ਕਲਾਕਾਰੀ ਕਰਦੇ ਹਾਂ। ਅੱਛਾ ਅੱਛਾ, ਪਹਿਲਾਂ ਵੀ ਕੋਈ ਗੀਤ ਰਿਕਾਰਡ ਕੀਤੇ ਆ ਤੁਸੀਂ? ਮੇਰੇ ਗੀਤ ਲਗਭਗ 40 ਤੋਂ ਉੱਪਰ ਨੇ। ਅੱਛਾ ਜੀ, ਸੰਗਰਾਮੀ ਤੁਹਾਡਾ ਨਾਂ ਰੱਖਿਆ, ਕਿਸ ਤਰ੍ਹਾਂ ਦੀ ਗੱਲਬਾਤ ਹੈ? ਮੇਰਾ ਸੰਗਰਾਮੀ ਨਾਂ ਇਸ ਤਰ੍ਹਾਂ ਰੱਖਿਆ ਵੀ ਮੈਂ ਬਚਪਨ ਤੋਂ ਲਾ ਕੇ ਸੰਘਰਸ਼ਾਂ ਦੇ ਅਖਾੜਿਆਂ ਦੇ ਵਿੱਚ ਜਥੇਬੰਦੀਆਂ ਦੇ ਵਿੱਚ ਕੰਮ ਕਰਦਾ ਅਤੇ ਕਬੀਲਦਾਰੀ ਦੇ ਵਿੱਚ ਵੀ ਸੰਘਰਸ਼ੀ ਰਿਹਾ, ਗਰੀਬੀ ਨੇ ਦੱਬ ਕੇ ਰੱਖਿਆ ਹੁਣ ਤੱਕ, ਅਤੇ ਤਾਂ ਮੇਰਾ ਸੰਗਰਾਮੀ ਜਿਹੜਾ ਨਾਂ ਰੱਖਿਆ। ਸੁਨਾਮ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਦੇ ਵਿੱਚ ਸਹਿਤ ਸਭਾ ਸੁਨਾਮ ਵੱਲੋਂ ਮੇਰਾ ਨਾਮ ਭੋਲਾ ਸਿੰਘ ਸੰਗਰਾਮੀ ਰੱਖਿਆ ਗਿਆ। ਕੋਈ ਗੀਤ ਦੇ ਬੋਲ ਸੁਣਾ ਸਕਦੇ ਹੋ ਜਿਹੜਾ ਤੁਹਾਡੇ ਕੋਲ ਆਇਆ ਹੋਇਆ ਗੀਤ? ਮੇਰੇ ਬੋਲੋ ਸੁਨਾਮ ਦੇ ਸੁਣਾ ਦੇਣਾ। ਸੁਣਾਓ ਜੀ, ਸੁਣਾਓ। ਊਧਮ ਸਿੰਘ ਸਰਦਾਰ ਨੇ ਸੀ ਜਦ ਭਵਕ ਸਭਾ ਵਿੱਚ ਮਾਰੀ, ਭਾਰਤ ਮਾਂ ਦਾ ਸ਼ੇਰ ਗਰਜਿਆ ਕੰਬਗੀ ਲੰਦਨ ਸਾਰੀ, ਪੰਜਾਬ ਮੇਰੇ ਦਾ ਸ਼ੇਰ ਗਰਜਿਆ ਕੰਬਗੀ ਲੰਦਨ ਸਾਰੀ, ਸੋ ਨਾਮ ਸ਼ਹਿਰ ਦਾ ਸ਼ੇਰ ਗਰਜਿਆ ਕੰਬਗੀ ਲੰਦਨ ਸਾਰੀ। ਪੰਜਾਬੀ ਲੋਕ ਗਾਇਕ ਜਸ ਗੁਰਾਇਆ ਜੀ। ਅੱਛਾ ਜੀ, ਅੱਛਾ, ਤੁਸੀਂ ਵੀ ਸਿੰਗਰ ਹੋ ਜੀ? ਹਾਂਜੀ ਹਾਂਜੀ, ਸਿੰਗਰ। ਤੁਸੀਂ ਵੀ ਕਿੰਨੀਆਂ ਕੁ ਟੇਪਾਂ ਆ ਚੁੱਕੀਆਂ ਨੇ ਜਾਂ ਤੁਹਾਡੇ ਕੀ? ਟੇਪਾਂ ਨੇ ਜੀ, ਜਦੋਂ ਸਾਡੀ ਵਾਰੀ ਆਈ ਹੈ ਉਦੋਂ ਤਾਂ ਸਿੰਗਲ ਟਰੈਕ ਹੋਣ ਲੱਗ ਗਏ ਸੀ। ਅੱਛਾ ਜੀ, ਅੱਛਾ, ਸਿੰਗਲ ਟਰੈਕ ਕਾਫੀ ਆ ਚੁੱਕੇ ਨੇ। ਹਾਂਜੀ ਹਾਂਜੀ, 20-22 ਦੇ ਕਰੀਬ ਆ ਗਏ। ਕੋਈ ਦੱਸੋਗੇ ਜੀ ਸੱਭਿਆਚਾਰਕ ਜੀ? ਕੋਈ ਸੱਭਿਆਚਾਰਕ ਜੀ, ਜਿਹੜੇ ਗੀਤ ਨੇ ਮੇਰਾ ਨਾਮ ਬਣਾਇਆ ਧਰਮੇ ਹਰਿਓ ਦੀ ਕਲਮ ਤੋਂ ਸੀ, ਗੀਤਾਂ ਵਿੱਚ ਜੱਟ। ਹਾਂ, ਦੋ ਕੁ ਬੋਲ ਸੁਣਾਓਗੇ ਜੀ ਸਥਾਈ ਅੰਤਰ? ਜ਼ਰੂਰ ਜੀ। ਹੋ ਨਿਤ ਨਵੇਂ ਜੰਮਦੇ ਨੇ ਮਿੱਤਰੋ ਲਿਖਾਰੀ, ਸੋਚਦੀ ਤਾਂ ਹੋਣੀ ਮਾਂ ਬੋਲੀ ਵੀ ਵਿਚਾਰੀ। ਨਿਤ ਨਵੇਂ ਜੰਮਦੇ ਨੇ ਮਿੱਤਰੋ ਲਿਖਾਰੀ, ਸੋਚਦੀ ਤਾਂ ਹੋਣੀ ਮਾਂ ਬੋਲੀ ਵੀ ਵਿਚਾਰੀ। ਇੱਕ ਕਰਜ਼ੇ ਦਾ ਭਾਰ ਦੂਜੀ ਸੋਕਿਆਂ ਦੀ ਮਾਰ, ਆਉਂਦਾ ਫਿਕਰਾਂ 'ਚ ਘੁੱਟ ਘੁੱਟ ਦਮ ਜੱਟਾਂ ਨੂੰ। ਗੀਤਾਂ ਵਿੱਚ ਜੱਟੇ ਨਾ ਇੱਦਾਂ ਕਰਤੇ ਜਿਵੇਂ ਆਸ਼ਕੀ ਬਗੈਰ ਹੈ ਨਿਕੰਮ ਜੱਟਾਂ ਨੂੰ। ਗੀਤਾਂ ਵਿੱਚ ਜੱਟੇ ਨਾ ਇੰਜ ਕਰਤੇ ਜਿਵੇਂ ਝਗੜੇ ਬਗੈਰ ਹੈ ਨਿਕੰਮ ਜੱਟਾਂ ਨੂੰ। ਨਿਤ ਨਵੇਂ ਜੰਮਦੇ ਨੇ ਮਿੱਤਰੋ ਲਿਖਾਰੀ। ਇਹ ਮਤਲਬ ਤੁਹਾਡਾ ਲਿਖਾਰੀਆਂ ਨੂੰ ਸੁਨੇਹਾ ਜੀ? ਇੱਕ ਹਾਂਜੀ, ਲਿਖਾਰੀਆਂ ਨੂੰ ਗੀਤ ਕਰਾਂ ਜਿਹਨਾਂ ਨੂੰ ਜੱਟਾਂ ਨੂੰ ਬਦਨਾਮ ਕੀਤਾ ਹੋਇਆ, ਇਹ ਅਸਲੇ ਫੜਾਈ ਫਿਰਦੇ। ਜੱਟ ਦੀ ਅਸਲ ਜ਼ਿੰਦਗੀ ਹੈ ਜਿਹੜੀ, ਉਹ ਤਾਂ ਪਿੰਡਾਂ 'ਚ ਜਾ ਕੇ ਪਤਾ ਲੱਗਦਾ। ਬਹੁਤ ਸੋਹਣਾ ਸੁਨੇਹਾ ਜੀ ਤੁਹਾਡਾ। ਗੀਤਕਾਰ ਗੈਲਾ ਕੋਈ ਵਾਲਾ ਜੀ। ਅੱਛਾ, ਆਪਣੀਆਂ ਕੀ ਸਰਗਰਮੀਆਂ ਨੇ ਜੀ? ਸਰਗਰਮੀਆਂ ਤਾਂ ਗਿਣੀਆਂ ਨਹੀਂ ਜਾ ਸਕਦੀਆਂ ਜਨਾਬ, ਬਹੁਤ ਗੀਤ ਆਏ ਹੋਏ ਨੇ ਮੇਰੇ। ਹਾਂਜੀ, ਇਹ ਸ਼ਾਰਟਕੱਟ ਦੱਸ ਸਕਦੇ ਹੋ ਜੀ? ਸ਼ਾਰਟਕੱਟ ਲਵਲੀ ਨਿਰਮਾਣ, ਸੁਚੇਤ ਵਾਲਾ, ਰਣਜੀਤ ਮਣੀ, ਗੁਰਜੰਟ ਕੋਮਲ ਜੀ, ਸਰਾਜ ਮੁਹੰਮਦ, ਗੋਰਾ ਚੱਕ ਵਾਲਾ, ਸੁਦੇਸ਼ ਕੁਮਾਰੀ, ਪੂਜਾ ਭੱਟ, ਮਿਸ ਪੂਜਾ, ਯਾਨੀ ਬਹੁਤ ਗੀਤ ਆਏ ਹੋਏ ਨੇ, ਗਿਣੇ ਨਹੀਂ ਜਾ ਸਕਦੇ, ਅਤੇ ਕੁਛ ਨਵੇਂ ਆ ਰਹੇ ਆ ਬਹੁਤ ਜ਼ਿਆਦਾ। ਹੁਣ ਕੁਛ ਨਵਾਂ ਵੀ ਕਰਨ ਨੂੰ ਜਾ ਰਹੇ? ਬਿਲਕੁਲ ਕਰ ਰਿਹਾ ਜੀ। ਕੁਛ ਗਾ ਵੀ ਲੈਂਦੇ ਜੀ ਮਾੜਾ ਮੋੜਾ ਕੀਤਾ? ਨਹੀਂ, ਗਾ ਆਉਣਾ ਤਾਂ ਖੈਰ ਹੁਣ ਪਤਾ ਕਿ ਲਿਖੀ ਲਈਏ ਬਹੁਤ ਵਧੀਆ ਗੱਲ ਹੈ ਜੀ, ਅੱਜ ਕੱਲ੍ਹ ਚੱਜ ਦਾ ਲਿਖਿਆ ਜਾਵੇ ਤਾਂ ਚੰਗੀ ਗੱਲ। ਹਾਂਜੀ, ਤੁਹਾਡਾ ਨਾਂ ਕੀ ਹੈ ਜੀ? ਗੁਰਜੰਟ ਕੋਮਲ ਜੀ। ਅੱਛਾ ਜੀ, ਅੱਛਾ, ਅੱਜ ਕੱਲ੍ਹ ਕੀ ਕਰ ਰਹੇ ਹੋ? ਸਰ ਬਸ ਆ ਗਾ ਗੂ ਲਈਦਾ ਮੋਟਾ। ਅੱਛਾ, ਕਿੰਨੀਆਂ ਕੈਸਟਾਂ ਆਈਆਂ ਨੇ ਤੁਹਾਡੀਆਂ ਜੀ? 5 ਕੈਸਟਾਂ ਜੀ। ਅੱਛਾ, ਕਿਹੜੀਆਂ ਕਿਹੜੀਆਂ ਨੇ ਜੀ? ਲੋਕੀ ਭੇਡ ਸ਼ੱਕਰ ਦੇ, ਅਤੇ ਕੜ ਦੀ ਰੁਮਾਲ ਸੋਹਣੀ ਹੈ, ਸਿੰਘਾਂ ਨੂੰ ਸਰਦਾਰੀ, ਅਤੇ 60 ਕੁ ਗੀਤ ਮੇਰੇ ਰਿਕਾਰਡ ਹੋਏ। ਠੀਕ ਹੈ ਜੀ, ਠੀਕ ਹੈ। ਤੁਸੀਂ ਤਾਂ ਆਪਣਾ ਕੋਈ ਗੀਤ ਆਵਾਜ਼ ਸੁਣਾ ਸਕਦੇ ਹੋ ਜੀ ਕੋਈ? ਹਾਂਜੀ ਹਾਂ, ਸੁਣੋ ਜੀ। ਹਾਂਜੀ ਹਾਂਜੀ। ਹੋ ਪੌਲ ਪਲਾਂ ਕੇ ਖੰਡੇ ਦੀ, ਦਸਵੇਂ ਗੁਰਾਂ ਨੇ ਸਿੰਘ ਸਜਾਤਾ, ਪਾਈ ਜੈਤੇ ਸੇਵਕ ਨੂੰ ਗੁਰੂ ਨੇ ਜੀਵਨ ਸਿੰਘ ਬਣਾਤਾ, ਪਾਈ ਜੈਤੇ ਸੇਵਕ ਨੂੰ ਗੁਰੂ ਨੇ ਜੀਵਨ ਸਿੰਘ ਬਣਾਤਾ। ਉਠੋ ਸ਼ੇਰੋ ਜਾਗ ਪਵੋ, ਉਠੋ ਸ਼ੇਰੋ ਜਾਗ ਪਵੋ, ਮਜ਼ਬ ਨੂੰ ਮਾਰੀ ਚੋਟ ਕਰਾਰੀ, ਬਾਬਾ ਜੀ ਬਖਸ਼ ਗਏ ਮਜ਼ਬੀ ਸਿੰਘਾਂ ਨੂੰ ਸਰਦਾਰੀ, ਬਾਬਾ ਜੀ ਬਖਸ਼ ਗਏ ਮਜ਼ਬੀ ਸਿੰਘਾਂ ਨੂੰ ਸਰਦਾਰੀ।